आओ सलारिया जल सेवा फाउंडेशन पठानकोट के मेंबर बनो। आने वाले 5 साल तक द वाइट मेडिकल कॉलेज एंड हॉस्पिटल पठानकोट तुहाडा फ्री इलाज करेगा। कोई एक रुपया नहीं लगेगा। इलाज हार्ट का होए, किडनी का होए, कोई बड़ी बीमारी होए, सारा फ्री होएगा। 27 जुलाई 2015 की सुबह आतंकियों ने दीनानगर के पुलिस स्टेशन पर हमला कर दिया था। इस आतंकी हमले में 3 होमगार्ड जवानों समेत एसपी रैंक के अधिकारी ने शहादत का जाम पिया था। इसके अलावा 3 स्थानीय निवासी भी इस आतंकी हमले का शिकार हुए थे, जिसके बाद पंजाब पुलिस की ओर से इन 3 आतंकियों को मार गिराया गया था। इस हमले में शहीद जवानों में 3 जवान पठानकोट के हल्का भोवा के थे, जिनका श्रद्धांजलि समारोह शहीद सैनिक परिवार सुरक्षा परिषद की ओर से आज शहीद बोधराज के पैतृक गांव शैदीपुर में मनाया गया। यहां पर श्रद्धांजलि देने के लिए जिला पठानकोट के सभी शहीद परिवार और SDM पहुंचे, जिन्होंने दीनानगर आतंकी हमले में शहीद हुए जवानों को श्रद्धा के सुमन अर्पित किए। भाई सर, आज शहीद बोधराज का जरा शहीद दिवस मनाया जा रहा है, पहुंचो कि इस 27 जुलाई 2015 ਦੇ ਵਿੱਚ ਜਿਹੜਾ ਦੀਨਾਨਗਰ ਪੁਲਿਸ ਸਟੇਸ਼ਨ ਹੈ ਉੱਥੇ ਅੱਤਵਾਦੀ ਹਮਲਾ ਹੋਇਆ ਸੀ। ਉਹਦੇ ਵਿੱਚ ਬੋਧਰਾ ਸੀ, ਆਪਣੇ ਕਾਂਸਟੇਬਲ ਸੀ ਹੋਮਗਾਰਡ ਡਿਪਾਰਟਮੈਂਟ ਤੋਂ। ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਉਹਨਾਂ ਦੇ ਲੜਦੇ ਹੋਏ ਇੱਕ ਅੱਤਵਾਦੀ ਨੂੰ ਆਪਣੀ ਗੋਲੀ ਨਾਲ ਮਾਰ ਦਿੱਤਾ ਸੀ, ਪਰੰਤੂ ਕਿਉਂਕਿ ਉਹਨਾਂ ਕੋਲ ਥੋੜ੍ਹਾ ਜਿਹਾ ਅਸਲਾ ਇੰਨੀ ਵਧੀਆ ਕੁਆਲਿਟੀ ਦਾ ਨਹੀਂ ਸੀ, ਇਸ ਕਰਕੇ ਓਵਰ ਪਾਵਰ ਹੋ ਕੇ ਅੱਤਵਾਦੀਆਂ ਨੇ ਉਹਨਾਂ ਨੂੰ ਮਾਰਤਾ ਅਤੇ ਉਹਨਾਂ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ। ਉਸੇ ਤਰਜ਼ 'ਤੇ ਅੱਜ ਸ਼ਹੀਦ ਸੈਨਿਕ ਸੁਰੱਖਿਆ ਪ੍ਰੀਸ਼ਦ ਦੇ ਉਮਰ ਰਵਿੰਦਰ ਵਿੱਕੀ ਜੀ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਇਸ ਸ਼ਹੀਦ ਵਾਸਤੇ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ। ਉਹਦੇ ਵਿੱਚ ਸ਼ਹੀਦ ਬੋਧਰਾਜ ਜੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਹਨਾਂ ਦੇ ਜਿਹੜੇ ਰਿਲੇਟਿਵ ਨੇ, ਉਹਨਾਂ ਦੇ ਪਿੰਡ ਵਾਸੀ ਨੇ, ਉਹਨਾਂ ਦੀ ਜਿਹੜੀ ਬਟਾਲੀਅਨ ਹੈ ਹੋਮਗਾਰਡ, ਉਹਨਾਂ ਦੇ ਅਧਿਕਾਰੀ ਸਾਹਿਬਾਨ, ਇਸ ਤੋਂ ਇਲਾਵਾ ਤਹਿਸੀਲਦਾਰ ਸਾਹਿਬ ਸਾਡੇ ਜੋਗਿੰਦਰ ਸਲਾਰੀਆ ਜੀ, ਸਵਾਮੀ ਪ੍ਰਗਿਆਨੰਦ ਜੀ, ਰਵਿੰਦਰ ਵਿੱਕੀ ਜੀ, ਉਹਨਾਂ ਦੀ ਟੀਮ, ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਇਹਦੇ ਵਿੱਚ ਸ਼ਹੀਦ ਬੋਧਰਾਜ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ ਅਤੇ ਬਾਕੀ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ। ਜਿਹੜੇ ਸ਼ਹੀਦ ਪਰਿਵਾਰਾਂ ਨੇ ਇੱਥੇ ਸ਼ਮੂਲੀਅਤ ਕੀਤੀ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੌਜਵਾਨ ਪੀੜ੍ਹੀ ਹੈ, ਆਉਣ ਵਾਲੀ ਪੀੜ੍ਹੀ ਹੈ ਜਿਹੜੀ ਥੋੜ੍ਹੀ ਗਲਤ ਰਾਹੇ ਚੱਲੀ ਹੋਈ ਹੈ, ਉਹਨੂੰ ਸੇਧ ਦੇਣ ਵਿੱਚ ਮਦਦ ਕਰਦੇ ਨੇ, ਉਹਨਾਂ ਨੂੰ ਦੇਸ਼ ਲਈ ਕੁਛ ਕਰਨ ਵਾਸਤੇ ਮੋਟੀਵੇਟ ਕਰਦੇ ਨੇ। ਇਸ ਕਰਕੇ ਮੈਂ ਰਵਿੰਦਰ ਵਿੱਕੀ ਜੀ ਅਤੇ ਉਹਨਾਂ ਦੀ ਟੀਮ ਨੂੰ, ਉਹਨਾਂ ਦੀ ਜਿਹੜੀ ਸੁਰੱਖਿਆ ਪ੍ਰੀਸ਼ਦ ਹੈ ਉਸ ਨੂੰ ਮਤਲਬ ਵਧਾਈ ਦਿੰਦਾ, ਉਹਨਾਂ ਨੂੰ ਧੰਨਵਾਦ ਕਰਦਾ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਦੇ ਰਹਿੰਦੇ ਨੇ ਅਤੇ ਅਜਿਹੇ ਪ੍ਰੋਗਰਾਮ ਦੇ ਵਿੱਚ ਸਾਨੂੰ ਵੀ ਸ਼ਮੂਲੀਅਤ ਕਰਨ ਦਾ ਮੌਕਾ ਮਿਲਦਾ ਅਤੇ ਸਾਨੂੰ ਵੀ ਕੁਝ ਸੁਸਾਇਟੀ ਵਾਸਤੇ ਹੋਰ ਐਨਰਜੀ ਦੇ ਨਾਲ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਕਰਕੇ ਮੈਂ ਰਵਿੰਦਰ ਵਿੱਕੀ ਜੀ ਦਾ, ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿਹੜੇ ਸ਼ਹੀਦ ਬੋਧਰਾਜ ਜੀ ਦੇ ਪਰਿਵਾਰਕ ਮੈਂਬਰਾਂ ਨੇ ਇੱਥੇ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਨਮਨ ਕਰਦਾ। ਜਿਹੜੇ ਹੋਮਗਾਰਡ ਦੀ ਬਟਾਲੀਅਨ ਤੋਂ ਨੇ ਅਧਿਕਾਰੀ ਸਾਹਿਬਾਨ ਆਏ ਨੇ ਉਹਨਾਂ ਦਾ ਜੀ ਆਇਆਂ ਕਹਿਣਾ। ਇਸ ਤੋਂ ਇਲਾਵਾ ਜਿਹੜੇ ਵੀ ਇੱਥੇ ਜਿਨ੍ਹਾਂ ਨੇ ਵੀ ਇੱਥੇ ਸ਼ਮੂਲੀਅਤ ਕੀਤੀ, ਅਪਦਵੰਤੇ ਸੱਜਣਾਂ ਨੇ, ਹੋਰ ਡਿਗਨੇਟਰੀਜ਼ ਨੇ, ਉਹਨਾਂ ਦਾ ਜੀ ਆਇਆਂ ਕਹਿਣਾ। ਧੰਨਵਾਦ, ਥੈਂਕ ਯੂ।